ਹਰ ਸੋ ਹੀਰਾ ਸਾਡ ਕੈ ਕਰੇ ਆਨ ਕੀ ਆਸ, ਤੇ ਨਰ ਦੋਜਕ ਜਾਹੇਂਗੇ ਸਤ ਪਾਖੈ ਰਵਿਦਾਸ। ਪਾਤੋਂ ਪਰਮ ਪੁਲਾਨੀਆਂ ਦੂਜੇ ਲਗਾ ਹੇਤ, ਲੱਖ ਸਿੰਗਾਰ ਬਨਾਇਆ ਕਾਰਜ ਨਾਹੀ ਕੇਤ। ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਨ ਕਿਸੇ ਨਾ ਦੇਨੀ ਪੇਤ। ਸਾਡ ਖਲੋਤੇ ਖਿਣੇ ਮਾਏ ਜਿਨ ਸਿਓ ਲਗਾ ਹੇਤ, ਹੱਥ ਮਰੋੜੇ ਤਨ ਕਪੈ ਸਿਆਹੋ ਹੋ ਵਾਸੇਤ। ਜਿਆ ਬੀਜੇ ਸੋਲੂਨੇ ਕਰਮਾ ਸੰਦੜਾ ਖੇਤ, ਨਾਨਕ ਪ੍ਰਭ ਸਰਨਾਗਤੀ ਚਰਨ ਬਹੁਤ ਪ੍ਰਭ ਦੇਤ। ਸੇ ਪਾਦੋਂ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਹੇਤ। ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਤ ਸੰਗਤ ਜੀ, ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜੈ ਗੁਰਦੇਵ, ਧੰਨ ਗੁਰਦੇਵ। ਧੰਨਵਾਦੀ ਹਾਂ ਸ੍ਰੀ ਰਮੇਸ਼ ਬਸਨ ਜੀ ਦਾ। ਮੈਂ ਅਮਰੀਕਾ ਚ ਆਇਆ ਤੇ ਅੱਜ ਸਤਿਗੁਰਾਂ ਦੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਕਿਰਪਾ ਦੇ ਨਾਲ ਆਪ ਸਾਰੀਆਂ ਸੰਗਤਾਂ ਦੇ ਦਰਸ਼ਨ ਨਸੀਬ ਹੋਏ ਹਨ। 16 ਤਰੀਕ ਨੂੰ ਬਹਾਦਰੋਂ ਮਹੀਨਾ ਚੜਿਆ ਸੀ ਸੈਂਤ, ਅੱਜ ਹੀ ਅਸੀਂ ਗੁਰੂ ਘਰ ਵਿੱਚ ਜੁੜ ਬੈਠੇ ਹੋਈਏ। ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਹੈ, ਗੁਰੂ ਪਾਤਸ਼ਾਹ ਜੀ ਕਿਰਪਾ ਕਰਨਾ, ਬਖਸ਼ਿਸ਼ ਕਰਨਾ ਸਭਨਾਂ ਵਾਸਤੇ। ਇਹ ਜਿਹੜਾ ਭਾਦਰੋਂ ਮਹੀਨਾ, ਖੁਸ਼ੀਆਂ ਭਰਿਆ ਮਹੀਨਾ ਹੋਵੇ। ਗੁਰੂ ਪਿਆਰੀ ਸਾਧ ਸੰਗਤ ਜੀਓ, ਵਿਦੇਸ਼ ਦੀ ਧਰਤੀ 'ਤੇ ਆ ਕੇ ਇੱਕ ਗੱਲ ਸਭ ਤੋਂ ਜ਼ਿਆਦਾ ਮੈਨੂੰ ਅੱਛੀ ਇਹ ਲੱਗੀ ਕਿ ਇਹ ਜਿਹੜੇ ਲੋਕ ਹਨ ਰੋਜ਼ੀ ਰੋਟੀ ਵਾਸਤੇ ਆਏ, ਆਪਣਾ ਕਾਰੋਬਾਰ ਦੇਸ਼ ਨੂੰ ਤਿਆਗਿਆ, ਵਿਦੇਸ਼ਾਂ ਵਿੱਚ ਆਏ, ਤੇ ਜਦੋਂ ਇੱਥੇ ਆ ਕੇ ਰੋਜ਼ੀ ਰੋਟੀ ਪੂਰੀ ਹੋਈ ਤੇ ਇਹਨਾਂ ਨੇ ਗੁਰੂ ਸਥਾਨ ਵੀ ਬਣਾਏ। ਗੁਰੂ ਸਥਾਨ ਬਣਾਉਣ ਤੋਂ ਬਾਅਦ ਮੈਨੂੰ ਬਹੁਤ ਚੰਗਾ ਲੱਗਾ, ਹੁਣੇ ਕੁਝ ਕਮੇਟੀ ਮੈਂਬਰ ਅੰਦਰ ਗੱਲਬਾਤ ਕਰਦੇ ਰਹੇ ਸਨ, ਉਹਨਾਂ ਨੂੰ ਭਾਰਤ 'ਚ ਰਹਿ ਰਹੇ ਲੋਕਾਂ ਦੀ ਪੀੜਾ ਹੈ,
ਉਹਨਾਂ ਦੇ ਉੱਤੇ ਕੋਈ ਵੀ ਮੁਸੀਬਤ ਆਉਂਦੀ ਹੈ ਮਹਿਸੂਸ ਕਰਦੇ ਹਨ। ਇੱਥੇ ਰਹਿ ਕਰਕੇ ਵੀ ਐਸੀ ਸੋਚ ਰਹਿਣਾ ਇੱਕ ਇਨਸਾਨੀਅਤ ਕਹਿਲਾਉਂਦੀ ਹੈ। ਕਈ ਲੋਕ ਆਪਣੇ ਦੇਸ਼ 'ਚ ਰਹਿ ਕਰਕੇ ਵੀ ਆਪਣੇ ਦੇਸ਼ ਦੀ ਬਾਬਤ ਨਹੀਂ ਸੋਚ ਸਕਦੇ, ਆਪਣੇ ਸਮਾਜ ਦੀ ਨਹੀਂ ਸੋਚਦੇ, ਲੇਕਿਨ ਤੁਸੀਂ ਇੱਥੇ ਰਹਿ ਕਰਕੇ ਔਰ ਇਤਨੇ ਜ਼ਿਆਦਾ ਰੰਝੇਵੇਂ ਨੇ ਜਿਹੜੇ ਕਿ ਸਵੇਰੇ ਜਾਣਾ ਸ਼ਾਮ ਨੂੰ ਆਉਣਾ, ਫਿਰ ਟਾਈਮ ਕੱਢ ਕੇ ਸਮਾਜ ਪ੍ਰਤੀ ਵੀ ਜੋ ਸੋਚਦੇ ਹੋ। ਸਤਿਗੁਰ ਕਿਰਪਾ ਕਰਨ ਇਸੇ ਤਰ੍ਹਾਂ ਤੁਹਾਡੀ ਸੋਚ ਬਣੀ ਰਹੀ ਅਤੇ ਸਭ 'ਤੇ ਮਾਲਕ ਕਿਰਪਾ ਕਰੇ ਕਿ ਸਭ ਦੇ ਵਿੱਚ ਇਹ ਸੋਚ ਇਨਸਾਨੀਅਤ ਰਹੇ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਸੀ ਕਿ ਪਾਦੋਂ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲੱਖ ਸਿੰਗਾਰ ਬਿਨਾਇਆ ਕਾਰਜ ਨਾਹੀ ਕੇਤ। ਪਾਦਰੋਂ ਮਹੀਨੇ ਨੂੰ ਭਰਮ ਦਾ ਮਹੀਨਾ ਕਿਹਾ ਭਾਰਤ ਦੇ ਵਿੱਚ, ਤੁਸੀਂ ਜਾਣਦੇ ਹੀ ਹੋ। ਕਦੀ ਧੁੱਪ ਚੜ ਜਾਂਦੀ ਤੇ ਕਦੇ ਵਰਖਾ ਆ ਜਾਂਦੀ। ਗੁਰੂ ਜੀ ਕਹਿੰਦੇ ਆ, ਇਨਸਾਨੀ ਚੋਲਾ ਪਾ ਕੇ ਤੂੰ ਪਰਮ ਵਿੱਚ ਭੁੱਲ ਗਿਆ। ਪਰਮ ਵਿੱਚ ਭੁੱਲ ਕਰਕੇ ਪਰਮਾਤਮਾ ਨੂੰ ਛੱਡ ਕੇ ਦੂਜੇ ਲੱਗਾ ਹੇਤ, ਤੂੰ ਵਿਕਾਰਾਂ ਦੇ ਨਾਲ ਪਿਆਰ ਪਾ ਲਿਆ, ਨਿੰਦਿਆ ਚੁਗਲੀਆਂ ਦੇ ਨਾਲ ਪਿਆਰ ਪਾ ਲਿਆ, ਵਿਸੇ ਵਿਕਾਰਾਂ ਦੇ ਨਾਲ ਪਿਆਰ ਪਾ ਲਿਆ। ਪਰ ਯਾਦ ਰੱਖ, ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ, ਲੱਖਾਂ ਸਿੰਗਾਰ ਕਰ ਲੇ ਕੋਈ ਜੇ ਉਹਦਾ ਮਾਲਕ ਉਹਦੇ ਤੇ ਖੁਸ਼ ਨਹੀਂ ਹੈ, ਤੁਹਾਰ ਸਿੰਗਾਰ ਬੇਕਾਰ ਹੈ। ਤੇਰੇ ਕੋਲ ਦੁਨੀਆਂ ਦੇ ਲੱਖਾਂ ਸਮਾਨ ਹੋ ਜਾਣ, ਮਾਲਕ ਦਾ ਨਾਂ ਨਹੀਂ ਹੈ ਤੇਰੇ ਪਾਸ, ਈਸ਼ਵਰ ਨੂੰ ਯਾਦ ਨਹੀਂ ਕਰਦਾ, ਤੂੰ ਜੀਵਨ ਦਾ ਸੱਚਾ ਆਨੰਦ ਹੋਣ ਵਾਲਾ ਨਹੀਂ ਹੈ। ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਵੀ ਆਪਣੀ ਪਵਿੱਤਰ ਬਾਣੀ 'ਚ ਕਿਹਾ ਸੀ, ਦੁਰਲੱਭ ਜਨਮ ਪੁੰਨ ਫਲ ਪਾਇਓ, ਬਿਰਥਾ ਜਾਤ ਅਬੇਕੇ, ਰਾਜੇ ਇੰਦਰ ਸਮ ਸਰ ਗ੍ਰਹਿ ਆਸਨ, ਬਿਨ ਹਰ ਭਗਤੀ ਕਿਉ ਕਿਆ ਲੇਖੇ। ਜਿਸ ਤਰ੍ਹਾਂ ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਇਹ ਇਨਸਾਨ ਬਿਨਾਂ ਮਾਲਕ ਦੇ ਨਾਮ ਤੋਂ ਕਾਰਜ ਨਾਹੀਂ ਕੀਤੇ, ਕਿਸੇ ਵੀ ਕੰਮ ਦੇ ਕੰਮ ਨਹੀਂ ਹਨ। ਸਤਿਗੁਰ ਰਵਿਦਾਸ ਜੀ ਵੀ ਕਹਿ ਗਏ ਨੇ ਕਿ ਇਹ ਇਨਸਾਨ ਬਿਨਾਂ ਭਗਤੀ ਤੋਂ ਤੈਨੂੰ ਰਾਜੇ ਇੰਦਰ ਦਾ ਰਾਜ ਵੀ ਮਿਲ ਜਾਏ ਤੋ ਵੀ ਤੈਨੂੰ ਜ਼ਿੰਦਗੀ ਦਾ ਸੱਚਾ ਆਨੰਦ ਨਹੀਂ ਮਿਲਣ ਵਾਲਾ। ਹਾਲਾਂਕਿ ਜਦੋਂ ਅਸੀਂ ਪੁਰਾਤਨ ਧਰਮ ਗ੍ਰੰਥਾਂ ਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚ ਇਹ ਆਉਂਦਾ ਹੈ, ਫਲਾਣੇ ਤਪਸਵੀ ਨੇ ਤਪੱਸਿਆ ਕੀਤੀ ਕਿ ਮੈਨੂੰ ਰਾਜੇ ਇੰਦਰ ਦਾ ਰਾਜ ਮਿਲ ਜਾਵੇ, ਤੇ ਜਦੋਂ ਰਾਜੇ ਇੰਦਰ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਉਹ ਮੇਰਾ ਰਾਜ ਖੋਣਾ ਚਾਹੁੰਦਾ ਹੈ, ਤਾਂ ਉਸਨੇ ਉਹਦੀ ਭਗਤੀ 'ਚ ਵਿਘਨ ਪਾਉਣ ਵਾਸਤੇ ਫਲਾਣਾ ਕਰਮ ਕੀਤਾ। ਇਹ ਹਰ ਇੱਕ ਦੀ ਚਾਹਤ ਰਹੀ ਕਿ ਸਾਨੂੰ ਰਾਜੇ ਇੰਦਰ ਦਾ ਰਾਜ ਮਿਲ ਜਾਵੇ, ਪਰ ਰਾਜਾ ਇੰਦਰ ਨਹੀਂ ਸੀ ਚਾਹੁੰਦਾ ਕਿ ਉਹਦਾ ਰਾਜ ਉਹਦੇ ਕੋਲੋਂ ਖੁੱਸ ਜਾਵੇ।
ਕਿਉਂ? ਹਰ ਕੋਈ ਰਾਜਾ ਇੰਦਰ ਦਾ ਰਾਜ ਪ੍ਰਾਪਤ ਕਰਨਾ ਚਾਹੁੰਦਾ ਸੀ, ਕਿਉਂਕਿ ਰਾਜੇ ਇੰਦਰ ਦੇ ਰਾਜ ਦੇ ਵਿੱਚ ਸਾਰੇ ਕਿਸਮ ਦੇ ਸੁੱਖ ਨੇ। ਪਰ ਸਤਿਗੁਰੂ ਜੀ ਕਹਿੰਦੇ ਨੇ, ਜੇਕਰ ਤੂੰ ਹਰੀ ਦੀ ਭਗਤੀ ਨਹੀਂ ਕਰਦਾ, ਨਾਮ ਨਹੀਂ ਜਪਦਾ, ਤੂੰ ਬੇਸ਼ੱਕ ਤੈਨੂੰ ਰਾਜੇ ਇੰਦਰ ਦਾ ਰਾਜ ਵੀ ਮਿਲ ਜਾਏਗਾ, ਤੂੰ ਵੀ ਤੈਨੂੰ ਸੁੱਖ ਨਹੀਂ ਮਿਲੇਗਾ, ਕਿਉਂਕਿ ਬਿਨਾਂ ਭਗਤੀ ਤੋਂ ਇਹ ਦੁਨੀਆਂ ਦੇ ਪਦਾਰਥ ਬਸ ਇਸ ਤਰ੍ਹਾਂ ਬਣ ਕੇ ਰਹਿ ਜਾਂਦੇ ਨੇ, ਜਿਸ ਤਰ੍ਹਾਂ ਅਸੀਂ ਗਿਣਤੀ ਲਿਖਦੇ ਹਾਂ ਤੋ ਗਿਣਤੀ 'ਚ 10 ਤੱਕ ਹਿੰਸੇ ਹੁੰਦੇ ਨੇ, ਪਰ ਦਸਵੀਂ ਜਗ੍ਹਾ 10 ਹੁੰਦਾ ਨਹੀਂ ਹੈ, ਦਸਵੀਂ ਜਗ੍ਹਾ 0 ਹੁੰਦੀ ਹੈ। ਚਾਹੇ ਟੈਲੀਫੋਨ ਡੈਲ ਲੈ ਲਵੋ, ਚਾਹੇ ਕੰਪਿਊਟਰ ਦਾ ਕੀਬੋਰਡ ਲੈ ਲਵੋ, ਕੈਲਕੂਲੇਟਰ ਲੈ ਲਵੋ, ਦਸਵੀਂ ਜਗ੍ਹਾ 0 ਹੁੰਦਾ, ਅਤੇ 0 ਦਾ ਆਪਣਾ ਕੋਈ ਵੀ ਮੁੱਲ ਨਹੀਂ ਹੁੰਦਾ। ਅਸੀਂ ਸੋਚਦੇ ਹਾਂ ਜੇ 0 ਦਾ ਮੁੱਲ ਨਹੀਂ ਸੀ ਤੂੰ 0 ਬਣਾਈ ਕਿਉਂ ਗਏ। 0 ਦਾ ਮੁੱਲ ਪੈਂਦਾ ਪਰ ਕਦੋਂ? ਜਦੋਂ 0 ਤੋਂ ਪਹਿਲਾਂ ਏਕਾ ਲੱਗ ਜਾਵੇ, ਉਹ 0 ਜਿਹਦਾ ਕੋਈ ਮੁੱਲ ਨਹੀਂ ਹੁੰਦਾ, ਪਰ ਜੇਕਰ ਉਹਦੇ ਤੋਂ ਪਹਿਲਾਂ ਏਕਾ ਲੱਗ ਜਾਵੇ ਉਹ 10 ਬਣ ਜਾਂਦੀ ਹੈ। ਜੇ 2 0 ਲਗਾ ਦੇਵੋ ਉਹ 100 ਬਣ ਜਾਵੇਗਾ, 3 0 ਲਗਾ ਦੇਵੋ 1000 ਬਣ ਜਾਏਗਾ, 5 0 ਲਗਾ ਦੇਵੋਗੇ ਉਹ 1,00,000 ਬਣ ਜਾਏਗਾ, ਤੁਸੀਂ 7 0 ਲਗਾ ਦੇਵੋ ਪਰ ਉਹਦੇ ਨਾਲੋਂ ਏਕੇ ਨੂੰ ਹਟਾ ਦੇਵੋ, ਅਤੇ ਕਿਸੇ ਪਹਿਲੀ ਜਮਾਤ 'ਚ ਪੜ ਰਹੇ ਬੱਚੇ ਨੂੰ ਵੀ ਪੁੱਛੋਗੇ, ਬੇਟਾ ਬਾਕੀ ਕਿਤਨੇ ਰਹਿ ਗਏ ਹੈ? ਤੂੰ ਕਵੇਗਾ ਕੁਛ ਨਹੀਂ। ਉਹਨਾਂ ਜੀਰਵਾਂ ਦਾ ਮੁੱਲ ਸੀ ਏਕੇ ਦੇ ਨਾਲ। ਇਸੇ ਤਰ੍ਹਾਂ ਦੁਨੀਆ ਦੇ ਪਦਾਰਥ ਇੱਕ 0 ਸਮਾਨ ਹੀ ਹਨ। ਇਹਨਾਂ 'ਚ ਜੀਵਨ ਦਾ ਤਾਂ ਹੀ ਆਨੰਦ ਹੈ ਜੇ ਏਕਾ ਲੱਗ ਜਾਵੇ। ਜੇ ਏਕਾ ਨਹੀਂ ਲਾਇਆ ਤੂੰ ਦੁਨੀਆ ਦੇ ਜਿਤਨੇ ਮਰਜ਼ੀ ਸਮਾਨ ਇਕੱਠੇ ਕਰ ਲਵੋ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੀਵਨ ਦਾ ਸੱਚਾ ਆਨੰਦ ਮਿਲਣ ਵਾਲਾ ਨਹੀਂ ਹੈ। ਇੱਕ ਹੋਰ ਸਤਿਗੁਰੂ ਅਰਜਨ ਦੇਵ ਜੀ ਨੇ ਗੱਲ ਕਹੀ ਹੈ ਕਿ ਜਿਆ ਬੀਜੇ ਸੋ ਲੂਣੇ ਕਰਮਾ ਸੰਜੜਾ ਖੇਤ। ਅਸੀਂ ਜਿਹੋ ਜਿਹੇ ਕਰਮ ਕਰਦੇ ਹਾਂ ਉਹੋ ਜਿਹਾ ਸਾਨੂੰ ਫਲ ਮਿਲਦਾ। ਚੰਗੇ ਕਰਮਾਂ ਨਾਲ ਸੁੱਖ ਹੋਣ ਪੈਦਾ, ਮੰਦੇ ਕਰਮਾਂ ਨਾਲ ਸਦਾ ਦੁੱਖ ਹੁੰਦੇ। ਦੁੱਖ ਡਿੱਗਦੇ ਨਹੀਂ ਅਸਮਾਨ ਉੱਤੋਂ, ਕਾਰਨ ਦੁੱਖ ਦਾ ਖੁਦ ਮਨੁੱਖ। ਦੁੱਖ ਕੋਈ ਅਸਮਾਨ ਤੋਂ ਨਹੀਂ ਡਿੱਗਿਆ ਕਰਦੇ, ਦੁੱਖ ਦਾ ਕਾਰਨ ਖੁਦ ਹੀ ਮਨੁੱਖ ਬਣਦਾ। ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਇੱਕ ਦੋਹਾ ਹੈ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬੇਸ਼ੱਕ ਦਰਜ ਨਹੀਂ ਹੈ ਪਰ ਬੜਾ ਫੇਮਸ ਦੋਹਾ ਹੈ ਕਿ ਜੀਵਨ ਜੋਤ ਕੈਸੇ ਜਲੀ ਤੇ ਕੈਸੇ ਹੋਵੇ ਅਨੰਤ, ਰਵਿਦਾਸ ਮਨੁੱਖ ਨਾ ਜਾਣਿਆ ਜਾਣਤ ਹੈ ਭਗਵੰਤ। ਸਤਿਗੁਰੂ ਜੀ ਆਪਣੀ ਪਵਿੱਤਰ ਬਾਣੀ 'ਚ ਕਹਿੰਦੇ ਹਨ ਕਿ ਇਹ ਇਨਸਾਨ ਜੋ ਤੇਰੀ ਜ਼ਿੰਦਗੀ ਹੈ ਉਹ 3 ਪੰਨਿਆਂ ਦੀ ਡਾਇਰੀ ਹੈ, ਔਰ ਮਜ਼ੇ ਵਾਲੀ ਗੱਲ ਇਹ ਹੈ ਕਿ ਇਹਦਾ ਪਹਿਲਾ ਪੰਨਾ ਵੀ ਪ੍ਰਭੂ ਨੇ ਲਿਖਿਆ ਅਤੇ ਦੂਜਾ ਪੰਨਾ ਵੀ ਪ੍ਰਭੂ ਨੇ ਲਿਖਿਆ। ਪਹਿਲਾ ਪੰਨਾ ਕੀ ਲਿਖਿਆ?
ਜੀਵਨ ਜੋਤ ਕੈਸੀ ਜਲੀ, ਤੇਰਾ ਜਨਮ ਕਿੱਥੇ ਹੋਵੇਗਾ। ਗਰੀਬ ਘਰ ਹੋਵੇਗਾ ਜਾਂ ਅਮੀਰ ਘਰ ਹੋਵੇਗਾ, ਇਹ ਪ੍ਰਭੂ ਨੇ ਲਿਖ ਦਿੱਤਾ। ਕਿਸੇ ਦਾ ਗਰੀਬ ਘਰ ਚ ਜਨਮ ਹੋ ਗਿਆ, ਉਹਦਾ ਇਹਦੇ ਚ ਕੋਈ ਕਸੂਰ ਨਹੀਂ। ਪਿੱਛੇ ਜੀ ਇੱਕ ਬੜਾ ਗੀਤ ਫੇਮਸ ਹੋਇਆ, ਕਈਆਂ ਨੇ ਵੈਸੇ ਉਸ ਆਦਮੀ ਨੂੰ ਬੁਰਾ ਭਲਾ ਵੀ ਕੀਤਾ, ਸੈਂਤ ਬਾਵਾ ਹੀ ਸੀ ਗਾਉਣ ਵਾਲਾ, ਕਿ ਜੇ ਮੈਂ ਮਾੜੇ ਘਰ ਜੰਮਿਆ ਤੇ ਮੇਰਾ ਕੀ ਕਸੂਰ ਆ। ਕਹਿੰਦਾ ਜੀ ਮੇਰਾ ਜਨਮ ਮਾੜੇ ਘਰ ਚ ਹੋਇਆ, ਇਹਦੇ ਚ ਮੇਰਾ ਦੋਸ਼ ਕੀ ਹੈ, ਤੂੰ ਮੈਨੂੰ ਸੂਦਰ ਨੀਚ ਕਹਿ ਰਿਹਾ। ਔਰ ਕੈਸੇ ਹੋਵੇ ਅਨੰਤ, ਮੌਤ ਕਦੋਂ ਕਿੱਥੋਂ ਤੇ ਕਿਸ ਤਰ੍ਹਾਂ ਹੋਣੀ ਹੈ, ਇਹ ਵੀ ਮਾਲਕ ਨੇ ਲਿਖ ਦਿੱਤਾ ਹੋਇਆ। ਤੇ ਇਹਦਾ ਵਿੱਚ ਵਾਲਾ ਪੰਨਾ ਜਿਹੜਾ ਪ੍ਰਭੂ ਨੇ ਖਾਲੀ ਛੱਡ ਦਿੱਤਾ, ਉਹ ਹੈ ਇਨਸਾਨ ਦਾ ਜੀਵਨ। ਐ ਇਨਸਾਨ, ਤੂੰ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਗੁਜ਼ਾਰਨਾ ਚਾਹੁੰਦਾ ਹੈ, ਉਹ ਤੇਰੇ ਆਪਣੇ ਹੱਥ ਹੈ। ਭਾਵੇਂ ਇਸ ਜੀਵਨ ਨੂੰ ਤੂੰ ਸਵਰਗ ਬਣਾ ਲੈ ਤੇ ਭਾਵੇਂ ਨਰਕ ਬਣਾ ਲੈ, ਇਹ ਤੇਰੇ ਆਪਣੇ ਹੱਥ ਹੈ। ਭਾਵੇਂ ਇਸ ਜੀਵਨ ਨੂੰ ਗੁਣ ਗਣਾਉਂਦੇ ਜੀ ਲੈ, ਭਾਵੇਂ ਪੁੰਨ ਪਨਾਉਂਦੇ ਜੀ ਲੈ, ਐ ਇਨਸਾਨ ਇਹ ਤੇਰੇ ਆਪਣੇ ਹੱਥ ਹੈ। ਇਹ ਇਨਸਾਨ ਐ ਇਨਸਾਨ, ਭਾਵੇਂ ਤੂੰ ਜੀਵਨ ਚ ਸੁਖੀ ਰਾਮ ਬਣ ਜਾ ਤੇ ਭਾਵੇਂ ਦੁਖੀ ਰਾਮ ਬਣ ਜਾ, ਇਹ ਤੇਰੇ ਆਪਣੇ ਹੱਥ ਹੈ, ਇਹ ਸਾਡੇ ਆਪਣੇ ਹੱਥ। ਸਾਡਾ ਜੀਵਨ ਸਵਰਗ ਕਿਸ ਤਰ੍ਹਾਂ ਬਣ ਸਕਦਾ ਹੈ, ਦਾ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਇਸ ਬਾਣੀ ਨੂੰ ਬਹੁਤ ਅਹਿਮਤ ਦਿੰਦਾ, ਜਿਨ੍ਹਾਂ ਨੇ ਸਾਡਾ ਜੀਂਦੇ ਜੀ ਜੀਵਨ ਸਵਰਗ ਬਣਾਉਣ ਦੀ ਕਲਾ ਦੱਸੀ ਹੈ। ਸਤਿਗੁਰਾਂ ਨੇ ਕਿਹਾ, ਸਭ ਤੋਂ ਪਹਿਲਾਂ ਸਤ ਸੰਗਤ ਮਿਲ ਰਹੀਏ ਮਾਦਿਓ ਜੈਸੇ ਮਧਵ ਮਖੀਰ। ਸਭ ਤੋਂ ਪਹਿਲਾਂ ਸਤਿਗੁਰਾਂ ਨੇ ਕਿਹਾ, ਤੂੰ ਜੀਵਨ ਨੂੰ ਸਵਰਗ ਬਣਾਉਣਾ ਚਾਹੁੰਦਾ ਹੈ, ਤੂੰ ਪਿਆਰ ਨਾ ਰਹਿਣਾ ਹੈ, ਪ੍ਰੇਮ ਨਾ ਰਹਿਣਾ ਹੈ, ਸਾਡੇ ਪਰਿਵਾਰਾਂ ਦੇ ਵਿੱਚ ਪ੍ਰੇਮ ਪਿਆਰ ਹੋਣਾ ਜ਼ਰੂਰੀ ਹੈ। ਪਿਆਰ ਨਹੀਂ ਹੈ ਤੂੰ, ਸੇਖ ਫਰੀਦ ਜੀ ਨੇ ਕਿਹਾ ਸੀ, ਜਾਂ ਕੱਟ ਪ੍ਰੇਮ ਨਾ ਸੰਚਰੈ ਸੋ ਗੱਟ ਜਾਨ ਮਸਾਨ, ਜੈਸੇ ਖਾਲ ਲੁਹਾਰ ਕੇ ਸਾਂਸ ਲੇਤ ਬਿਨ ਪ੍ਰਾਣ। ਅੱਜ ਦੇ ਬੱਚੇ ਤੇ ਸਹਿਤ ਇਸ ਗੱਲ ਨੂੰ ਨਾ ਸਮਝ ਪਾਉਂਦੇ ਹੋਣਗੇ, ਪਰ ਜਿਹੜੇ ਕੋਈ 60 ਸਾਲ ਤੋਂ ਵਾਲੇ ਨੇ ਜਾਂ ਇਹਦੇ ਤੋਂ ਉੱਪਰ ਵਾਲੇ ਨੇ, ਉਹ ਜਾਣਦੇ ਨੇ। ਪਹਿਲੇ ਸਮਿਆਂ ਦੇ ਵਿੱਚ ਜਿਹੜੀਆਂ ਲਵਾਰਾਂ ਨੇ ਪੱਠੀਆਂ ਬਣਾਈਆਂ ਹੁੰਦੀਆਂ ਸਨ, ਉਹਨਾਂ ਨੂੰ ਪਖਾਣ ਦੇ ਵਾਸਤੇ ਖੱਲ ਦਾ ਸਹਾਰਾ ਲੈਂਦੇ ਸਨ। ਉਹ ਖੱਲ ਸਾਂਸ ਲੈਂਦੀ ਮਾਲੂਮ ਹੁੰਦੀ, ਪਰ ਉਹਦੇ ਵਿੱਚ ਜਾਨ ਨਹੀਂ ਹੁੰਦੀ। ਜਿਸ ਤਰ੍ਹਾਂ ਮੈਂਟਰੀ ਬੈਂਡ ਹੁੰਦਾ, ਉਹਨਾਂ ਨੇ ਇੱਕ ਆਪਣੀ ਕਸ਼ ਥੱਲੇ ਪੋਟਲੀ ਜਿਹੀ ਦਿੱਤੀ ਹੁੰਦੀ ਹੈ, ਉਹ ਸਾਂਸ ਲੈਂਦੀ ਮਾਲੂਮ ਹੁੰਦੀ ਹੈ, ਪਰ ਉਹਦੇ 'ਚ ਜਾਨ ਨਹੀਂ ਹੁੰਦੀ। ਠੀਕ ਇਸੇ ਤਰ੍ਹਾਂ ਜਿਨ੍ਹਾਂ ਹਿਰਦਿਆਂ ਦੇ ਵਿੱਚ ਪਿਆਰ ਨਹੀਂ ਹੈ, ਪ੍ਰੇਮ ਨਹੀਂ ਹੈ, ਉਹ ਹਿਰਦੇ ਸਾਂਸ ਲੈਂਦੇ ਮਾਲੂਮ ਹੁੰਦੇ ਨੇ,
ਪਰ ਹੈ ਮੁਰਦੇ ਨੇ। ਉਹਨਾਂ 'ਚ ਤੇ ਮੁਰਦਿਆਂ 'ਚ ਕੋਈ ਫਰਕ ਨਹੀਂ ਹੁੰਦਾ। ਮੁਰਦੇ ਕਬਰ ਸਥਾਨਾਂ 'ਚ ਰਹਿੰਦੇ ਨੇ ਅਤੇ ਉਹ ਮੁਰਦੇ ਮਕਾਨਾਂ 'ਚ ਰਹਿੰਦੇ ਨੇ। ਕਬਰਾਂ 'ਚ ਮੁਰਦੇ ਹੁੰਦੇ ਨੇ, ਸੈਂਕੜੇ ਮੁਰਦੇ ਹੁੰਦੇ ਨੇ, ਕਦੇ ਆਪਸ ਵਿੱਚ ਉਹ ਗੱਲਬਾਤ ਨਹੀਂ ਕਰਦੇ। ਅਸੀਂ ਬਹੁਤ ਸੁੰਦਰ ਮਕਾਨਾਂ 'ਚ ਰਹਿ ਰਹੇ ਹਾਂ ਲੇਕਿਨ ਆਪਸ ਵਿੱਚ ਗੱਲਬਾਤ ਨਹੀਂ ਕਰਦੇ। ਬੇਟਾ ਪਿਓ ਨੂੰ ਨਹੀਂ ਬੁਲਾ ਰਿਹਾ, ਨੂੰ ਸੱਸ ਨੂੰ ਨਹੀਂ ਬੁਲਾ ਰਹੀ, ਦਰਾਣੀ ਜਠਾਣੀ ਨਾਲ ਨਹੀਂ ਬੋਲਦੀ। ਤੋ ਉਹਨਾਂ ਮਕਾਨਾਂ ਦੇ ਵਿੱਚ ਤੇ ਉਹਨਾਂ ਕਬਰ ਸਥਾਨਾਂ 'ਚ ਕੋਈ ਵੀ ਫਰਕ ਨਹੀਂ। ਸਭ ਤੋਂ ਪਹਿਲਾਂ ਅਸੀਂ ਇਹ ਸੋਚਣਾ ਹੈ ਕਿ ਕਿਤੇ ਅਸੀਂ ਆਪਣੇ ਘਰਾਂ ਨੂੰ ਕਬਰ ਸਥਾਨ 'ਤੇ ਨਹੀਂ ਬਣਾਇਆ ਹੋਇਆ, ਕਿ ਅਸੀਂ ਮੁਰਦੇ 'ਤੇ ਨਹੀਂ ਬਣੇ ਹੋਏ। ਕਈ ਕਹਿੰਦੇ ਅਸੀਂ ਤੇ ਪਿਆਰ ਕਰਦੇ ਹਾਂ, ਦੂਜਾ ਨਾ ਕਰੀ, ਨਹੀਂ ਕਰਦਾ ਨਾ ਕਰੀ, ਲੇਕਿਨ ਅਸੀਂ ਇੱਕ ਦੂਜੇ ਨਾਲ ਪਿਆਰ ਕਰਦੇ ਰਹਿੰਦੇ, ਅਸੀਂ ਮੁਰਦੇ ਨਹੀਂ ਬਣਨਾ। ਦੂਜੀ ਸਤਿਗੁਰੂ ਜੀ ਨੇ ਸਾਨੂੰ ਜੋ ਬਾਣੀ ਕਹੀ ਉਹ ਕਿਹਾ ਕਿ ਸੁਰਸਰੀ ਸੱਲਲ ਕਿਰਤ ਬਾਰਰੀ ਨੇ ਸੰਤ ਜਨ ਕਰਤ ਨਹੀਂ ਪੰਨ। ਨਸ਼ੇ ਜਿਤਨੇ ਮਰਜ਼ੀ ਵਧੀਆ ਕਿਉਂ ਨਾ ਹੋ, ਉਹਨਾਂ ਨੂੰ ਸੇਵਨ ਨਹੀਂ ਕਰਨਾ ਚਾਹੀਦਾ। ਇੱਕ ਪਰਿਵਾਰ ਦੇ ਘਰ ਅਸੀਂ ਗਏ, ਬਹੁਤ ਅੱਛਾ ਮਕਾਨ ਘਰ ਬਾਹਰ ਉਹਨਾਂ ਦਾ, ਮੈਂ ਵੈਸੇ ਹੀ ਸਤਿਗੁਰਾਂ ਦੀ ਬਾਣੀ ਨੂੰ ਕਹਿ ਬੈਠਾ। ਉਹਨਾਂ ਦੇ ਬੱਚੇ ਕਹਿਣ ਲੱਗੇ ਕਿ ਸਾਡੇ ਪਰਿਵਾਰ 'ਤੇ ਵੀ ਬਖਸ਼ਿਸ਼ ਕਰਕੇ ਜਾਇਓ। ਮੈਂ ਕਿਹਾ ਮੈਂ ਨਹੀਂ ਕਰਨੀ, ਸਤਿਗੁਰਾਂ ਨੇ ਕਰਨੀ, ਬਖਸ਼ਿਸ਼ ਆਪ ਕਰਾਉਣੀ ਪੈਣੀ। ਕਹਿੰਦੇ ਕਿਰਪਾ ਹੈ ਮਾਲਕ ਦੀ, ਸਾਰਾ ਕੁਝ ਹੈ, ਬਿਜ਼ਨਸ ਵਧੀਆ, ਘਰ ਵਧੀਆ, ਸਾਰਾ ਕੁਝ ਵਧੀਆ, ਪਰ ਜਦੋਂ ਇਹ ਨਸ਼ੇ ਕਰਦੇ ਆ ਤੇ ਸਾਡੇ ਘਰ 'ਚ ਆਉਣ ਬਣ ਲੱਗਦਾ ਜਿਵੇਂ ਨਰਕ ਬਣ ਗਿਆ। ਸਾਹਮਣੇ ਹੀ ਬੱਚਿਆਂ ਨੇ, ਸ੍ਰੀਮਤੀਆਂ ਨੇ ਗੱਲ ਕਹਿ ਦਿੱਤੀ। ਮੈਂ ਸੋਚੀ ਜਾਵਾਂ ਕਿ ਦੇਖੋ ਇੱਕ ਛੋਟੀ ਜੀ ਬੁਰਾਈ ਅਸੀਂ ਆਪਣੇ ਪਰਿਵਾਰ ਨੂੰ ਸੁੱਖ ਦੇਣ ਲਈ ਨਹੀਂ ਛੱਡ ਸਕਦੇ, ਛੋਟੀ ਜੀ ਬੁਰਾਈ। ਅਸੀਂ ਇਹਨਾਂ ਨਸ਼ਿਆਂ ਤੋਂ ਮੁਕਤ ਹੋਣਾ ਹੈ। ਤੀਜਾ ਗੁਰੂ ਜੀ ਨੇ ਕਿਹਾ ਸੀ ਆਪਣੀ ਪਵਿੱਤਰ ਬਾਣੀ 'ਚ, ਦੁਰਮਤ ਕਾ ਤਿਆਗਨ ਕਰੋ ਲੇਹੋ ਗੁਰਮਤ ਖੋਜ, ਖੋਟਨ ਕੀ ਸੰਗਤ ਜੋ ਕਿਉ ਸਿਰ ਪਰ ਉਠਾਉਂ ਬੋਝ, ਇਨ ਪੰਚਨ ਮੇਰੇ ਮਨ ਜੋ ਬਿਗਾੜਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਇਹ ਪੰਜ ਵਿਕਾਰਾਂ ਨੇ ਮੇਰੇ ਮਨ ਨੂੰ ਵਿਗਾੜ ਦਿੱਤਾ, ਜਿਸ ਕਰਕੇ ਮੇਰਾ ਜੀਵਨ ਦੁਖੀ ਹੋ ਗਿਆ, ਜਿਨ੍ਹਾਂ 'ਚ ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ, ਨਿੰਦਾ, ਚੁਗਲੀਆਂ ਆਦਿ ਆ ਜਾਂਦੀਆਂ ਨੇ। ਅਸੀਂ ਕੋਸ਼ਿਸ਼ ਕਰਨੀ ਹੈ ਸਾਡੇ 'ਚ ਅਹਿਮ ਨਾ ਆਵੇ, ਸਾਡੇ 'ਚ ਕ੍ਰੋਧ ਨਾ ਆਵੇ। ਗੁਰੂ ਪਿਆਰੀ ਸਤ ਸੰਗਤ ਜੀ, ਇਹ ਮੈਂ ਬੁਰੀ ਬਲਾ ਹੈ, ਸਕੋ ਨਾਨਕ ਸੇ ਪਾਗ, ਕਹੇ ਕਬੀਰ ਕਬ ਲੱਗ ਰਹੇ,
ਰੋਈ ਲਪੇਟੀ ਆਗ। ਮੈਂ ਇਤਨੀ ਬੁਰੀ ਬਲਾ ਹੈ ਜਿਸ ਤਰ੍ਹਾਂ ਢੇਰ ਸਾਰੀ ਰੂਈ ਹੋਏ ਉਹਦੇ ਵਿੱਚ ਥੋੜ੍ਹੀ ਜਿਹੀ ਅਗਨੀ ਰੱਖ ਦੇਵੋ, ਉਹ ਅੰਦਰੋਂ ਅੰਦਰੀ ਉਹਨੂੰ ਜਲਾ ਕੇ ਮੁੱਠੀ ਪਰ ਰਾਖ ਬਣਾ ਦਿੰਦੀ ਹੈ। ਇਸੇ ਤਰ੍ਹਾਂ ਜਿਸ ਇਨਸਾਨ 'ਚ ਮੈਂ ਆ ਜਾਂਦੀ ਹੈ ਉਹ ਸਾਰੇ ਚੰਗੇ ਗੁਣਾਂ ਨੂੰ ਖਤਮ ਕਰ ਦਿੰਦੀ ਹੈ। ਸਤਿਗੁਰਾਂ ਨੇ ਕਿਹਾ ਸੀ, ਜਬ ਹਮ ਹੋਤੇ ਤਬ ਤੂੰ ਨਾਹੀ, ਅਬ ਤੂੰ ਹੈ ਮੈਂ ਨਾਹੀ। ਅਨਲ ਅਗਮ ਜੈਸੇ ਲਹਿਰ ਮਿਓ ਦਦ ਜਲ ਕੇਵਲ ਜਲ ਮਾਹੀ। ਜਿੱਥੇ ਮੈਂ ਆ ਜਾਂਦੀ ਹੈ ਉੱਥੇ ਉਹ ਨਹੀਂ ਆਉਂਦਾ, ਜਿੱਥੇ ਉਹ ਆ ਜਾਏ ਉੱਥੇ ਮੈਂ ਨਹੀਂ ਰਹਿੰਦੀ। ਦਿਲ ਕਾ ਹੁਜਲਾ ਸਾਫ਼ ਕਰ, ਜਾਨਾ ਕੇ ਆਨੇ ਕੇ ਲੀਏ ਧਿਆਨ ਗੈਰੋਂ ਸੇ ਉਠਾ, ਉਸਕੋ ਬਿਠਾਨੇ ਕੇ ਲੀਏ ਤੋ ਅਸੀਂ ਆਪਣੇ 'ਚ ਹੰਕਾਰ ਨਹੀਂ ਲਿਆਨਾ, ਕ੍ਰੋਧ ਨਹੀਂ ਲਿਆਨਾ। ਕ੍ਰੋਧ ਆਉਂਦਾ ਥੋੜ੍ਹੇ ਸਮੇਂ ਵਾਸਤੇ ਹੈ, ਸਾਡੀਆਂ ਦੂਰੀਆਂ ਬਹੁਤ ਵਧਾ ਦਿੰਦਾ ਹੈ। ਬੇਨਤੀ ਹੈ, ਅਸੀਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਸੇਵਾਦਾਰ ਹਾਂ, ਉਹਨਾਂ ਦੇ ਸੇਵਕ ਹਾਂ। ਅਤੇ ਗੁਰੂ ਜੀ ਨੇ ਜਦੋਂ ਰਾਜਾ ਹਰਦੇਵ ਸਿੰਘ ਨਾਗਰਮੱਲ ਨੇ ਇਹ ਗੱਲ ਕਹੀ ਗੁਰੂ ਜੀ ਨੂੰ, ਜਦੋਂ ਜਿਹੜੇ ਇਹਨਾਂ ਦੇ ਵਿਰੋਧੀ ਸਨ ਉਹਨਾਂ ਨੇ ਇਹਨਾਂ ਨੂੰ ਨੀਚ ਸੂਦਰ ਕਹਿ ਕੇ ਕਿਹਾ ਕਿ ਰਾਜਾ ਇਸ ਨੂੰ ਸਿੰਘਾਸਨ ਤੋਂ ਥੱਲੇ ਉਤਾਰ, ਫਿਰ ਅਸੀਂ ਤੇਰਾ ਭੋਜਨ ਖਾਵਾਂਗੇ, ਨਹੀਂ ਤਾਂ ਅਸੀਂ ਤੇਰਾ ਭੋਜਨ ਨਹੀਂ ਖਾਵਾਂਗੇ। ਤੂੰ ਰਾਜੇ ਨੂੰ ਕ੍ਰੋਧ ਆ ਗਿਆ। ਰਾਜਾ ਕਹਿੰਦਾ ਸਤਿਗੁਰ ਕਰੀਏ ਐਸੀ ਕਾਰ, ਪਰਮੀ ਇਹ ਜੋ ਲੋਕ ਹੈ ਕਰਾਂ ਸਹਿਰ ਤੋਂ ਬਾਹਰ। ਐ ਸਤਿਗੁਰ ਹੁਕਮ ਕਰੋ ਇਹਨਾਂ ਨੂੰ ਮੈਂ ਸਹਿਰੋਂ ਬਾਹਰ ਕੱਢ ਦਿਆਂ, ਕਾਲੇ ਪਾਣੀ ਦੀ ਸਜ਼ਾ ਦੇ ਦੇਵਾਂ ਜਾਂ ਦੇਸ਼ ਨਿਕਾਲਾ ਦੇ ਦੇਵਾਂ। ਸਤਿਗੁਰ ਕਹਿਣ ਲੱਗੇ ਨਹੀਂ ਰਾਜਾ, ਇਹਨਾਂ ਨੂੰ ਦੇਸ਼ ਨਿਕਾਲਾ ਨਹੀਂ ਦੇਣਾ, ਇਹਨਾਂ ਨੂੰ ਕਾਲੇ ਪਾਣੀ ਦੀ ਸਜ਼ਾ ਨਹੀਂ ਦੇਣੀ, ਇਹਨਾਂ ਨੂੰ ਸਹਿਰੋਂ ਬਾਹਰ ਕੱਢਣ ਦੀ ਜ਼ਰੂਰਤ ਨਹੀਂ ਹੈ। ਅਗਰ ਕੱਢ ਸਕਣਾ ਤਾਂ ਇਹਨਾਂ ਦੇ ਅੰਦਰ ਦਾ ਭਰਮ ਬਾਹਰ ਕੱਢ, ਮੈਂ ਇਹਨਾਂ ਦਾ ਅੰਦਰ ਦਾ ਭਰਮ ਬਾਹਰ ਕੱਢਾਂਗਾ। ਸਤਿਗੁਰ ਕਹਿੰਦੇ ਰਾਜਿਆ ਸੁਣੋ ਹਮਾਰੀ ਬੋਧ, ਕ੍ਰੋਧ ਕਰਨ ਤੇ ਧਰਮ ਨਸ਼ਟ ਤਾਂ ਤੇ ਤਜੋ ਕ੍ਰੋਧ। ਇਹ ਕ੍ਰੋਧ ਦੇ ਨਾਲ ਧਰਮ ਨਸ਼ਟ ਹੋ ਜਾਂਦਾ, ਇਨਸਾਨ 'ਚ ਚੰਗੇ ਗੁਣ ਖਤਮ ਹੋ ਜਾਂਦੇ ਨੇ। ਇਸ ਕਰਕੇ ਰਾਜਾ ਕ੍ਰੋਧ ਨਹੀਂ ਕਰਨਾ, ਤੂੰ ਅਸੀਂ ਕ੍ਰੋਧ ਤੋਂ ਬਚੇ ਰਹਿਣਾ। ਔਰ ਇੱਕ ਮੰਗਿਓ ਭਗਤ ਚਿੰਤਾ ਮਨੀ, ਜ਼ਿੰਦਗੀ ਦੇ ਥੋੜ੍ਹੇ ਪਲ ਕੱਢ ਕੇ ਮਾਲਕ ਦੀ ਭਗਤੀ ਜ਼ਰੂਰ ਕਰੋ, ਨਾਮ ਨਾਲ ਜ਼ਰੂਰ ਜੁੜੋ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਨੇ ਸ਼ਬਦ ਨੇ ਨਾਲ ਜੁੜਨ ਦਾ ਸਾਨੂੰ ਤਰੀਕਾ ਦੱਸਿਆ। ਚਿੱਤ ਸਿਮਰਨ ਕਰੋ ਨੈਣ ਅਵਲੋਕਨੋ, ਸਰਵਨ ਬਾਣੀ ਸਪੂਰ ਰੱਖਿਓ, ਮਨ ਕਰ ਮਧੂ ਕਰ ਕਰਿਓ, ਚਰਨ ਹਿਰਦੇ ਤਰਿਓ, ਰਸਨ ਅੰਮ੍ਰਿਤ ਰਾਮ ਨਾਮ ਪੱਕ। ਐ ਇਨਸਾਨ ਆਪਣੇ ਚਿੱਤ ਦੇ ਅੰਦਰ ਉਸ ਮਾਲਕ ਦਾ, ਉਸ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰਨਾ ਹੋਵੇਗਾ। ਅੰਤਰ ਹੀ ਅੰਤਰ ਸ਼ਬਦ ਦੀ ਧੁਨੀ ਨੂੰ ਸੁਣਨਾ ਹੋਵੇਗਾ। ਜਿਸ ਤਰ੍ਹਾਂ ਸਤਿਗੁਰੂ ਅਰਜਨ ਦੇਵ ਜੀ ਨੇ ਕਿਹਾ, ਨੌ ਦਰ ਠਾਕੈ ਤਾਵਤ ਰਹਾਏ
ਦਸਵੇਂ ਨਿਜ ਕਰ ਵਾਸਾ ਪਾਏ ਉਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਨਾਮ ਸਨਾਮਨੇ ਤੇ ਅੰਤਰ ਹੀ ਅੰਤਰ ਧਿਆਨ ਜੋੜਨਾ ਹੋਇਆ। ਜਦੋਂ ਅਸੀਂ ਅੰਤਰ ਹੀ ਅੰਤਰ ਜੁੜ ਜਾਵਾਂਗੇ ਸਾਡਾ ਕਨੈਕਸ਼ਨ ਉਸ ਮਾਲਕ ਦੇ ਨਾਲ ਹੋ ਜਾਏਗਾ ਤੇ ਮਾਲਕ ਦੇ ਘਰ ਤੋਂ ਆ ਰਹੀ ਉਹ ਊਰਜਾ ਸਾਡੇ ਅੰਦਰ ਪ੍ਰਵੇਸ਼ ਕਰਨਾ ਸ਼ੁਰੂ ਕਰ ਦੇਵੇਗੀ। ਅਸੀਂ ਪਾਵਰਫੁੱਲ ਹੋ ਜਾਵਾਂਗੇ ਤੇ ਸਾਡੀ ਰੂਹ ਕਹਿ ਉੱਠੇਗੀ ਬੇਗਮਪੁਰਾ ਸਹਿਰ ਕੋ ਨਾਉ ਦੁਖ ਆਂਦਾਓ ਨਹੀਂ ਤੈ ਠਾਉ ਨਾ ਤਸਬੀਸ ਖੀਰਾਜ ਨਾ ਮਾਲ ਖੌਫ ਨਾ ਖਤਾ ਨਾ ਤਰਸ ਜਵਾਲ। ਮੈਂ ਬੇਗਮਪੁਰੇ ਨੂੰ ਪਾ ਲਿਆ ਜਿੱਥੇ ਕੋਈ ਵੀ ਗਮ ਨਹੀਂ ਹੈ ਦੁੱਖ ਉੱਥੇ ਕੋਈ ਦੁੱਖ ਨਹੀਂ। ਇਹ ਨਹੀਂ ਹੈ ਕਿ ਗੁਰਮੁਖ ਤੇ ਮੁਸੀਬਤਾਂ ਨਹੀਂ ਆਉਂਦੀਆਂ, ਗੁਰਮੁਖ ਤੇ ਵੀ ਮੁਸੀਬਤਾਂ ਆਉਂਦੀਆਂ ਹਨ, ਪਰ ਜਿਹੜਾ ਮਾਲਕ ਦੇ ਸ਼ਬਦ ਦੇ ਨਾਲ ਜੁੜ ਜਾਂਦਾ ਉਹ ਇਤਨਾ ਪਾਵਰਫੁੱਲ ਹੋ ਜਾਂਦਾ ਕਿ ਉਹ ਰੂਹ ਆਤਮਾ ਕਹਿ ਉੱਠਦੀ ਹੈ ਚੰਗੀ ਹਾਂ ਜਾਂ ਮੈਂ ਮੰਦੀ ਹਾਂ, ਮੈਂ ਤੇ ਤੇਰੇ ਹੀ ਰੰਗ ਵਿੱਚ ਰੰਗੀ ਹਾਂ, ਹੁਣ ਦੁੱਖ ਦੇ ਭਾਵੇਂ ਸੁੱਖ ਦੇ ਮੈਨੂੰ ਦੋਨੇ ਹੀ ਗੱਲਾਂ ਹੁਣ ਚੰਗੀਆਂ। ਅੰਦੋ ਚਿੰਤਾ, ਹਰ ਇਨਸਾਨ ਨੂੰ ਕੋਈ ਨਾ ਕੋਈ ਚਿੰਤਾ ਹੈ। ਇੱਥੇ ਕੋਈ ਆਕਰ ਸਾਨੂੰ ਪੁੱਛੇ ਕਿ ਤੁਹਾਡੇ ਵਿੱਚ ਸ਼ੂਗਰ ਦੀ ਬਿਮਾਰੀ ਕਿਤਨਿਆਂ ਨੂੰ ਹੋ ਸਕਦਾ, 12-15% ਸ਼ੂਗਰ ਦੇ ਮਰੀਜ਼ ਨਿਕਲ ਜਾਣ ਸਾਡੇ ਚ। ਕੋਈ ਪੁੱਛੇ ਕਿ ਤੁਹਾਡੇ ਵਿੱਚੋਂ ਬਲੱਡ ਪ੍ਰੈਸ਼ਰ ਕਿੰਨਿਆਂ ਨੂੰ ਹੈ, 8-10% ਉਹ ਵੀ ਹੋ ਸਕਦੇ ਨੇ। ਕੋਈ ਪੁੱਛੇ ਕਿ ਤੁਹਾਡੇ ਚ ਹਾਰਟ ਦੀ ਟਰਬਲ ਕਿਤਨਿਆਂ ਨੂੰ ਹੈ, 1-2 ਉਹ ਵੀ ਹੋ ਸਕਦੇ ਨੇ। ਪਰ ਜੇਕਰ ਕੋਈ ਪੁੱਛੇ ਤੁਹਾਡੇ ਵਿੱਚ ਚਿੰਤਾ ਕਿੰਨਿਆਂ ਨੂੰ ਹੈ, ਤੇ ਹੋ ਸਕਦਾ ਚਿੰਤਾ ਤੋਂ ਅਸੀਂ ਕੋਈ ਮੁਕਤ ਨਾ ਹੋਈਏ। ਹਰ ਸਮੇਂ ਹਰ ਟਾਈਮ ਕੋਈ ਨਾ ਕੋਈ ਇਨਸਾਨ ਚਿੰਤਾ ਲੱਗੀ ਹੀ ਰਹਿੰਦੀ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਉਸ ਮਾਲਕ ਦੇ ਨਾਮ ਨਾਲ ਜੁੜ ਜਾਂਦੇ ਨੇ ਉਹ ਆਤਮਾ ਇਤਨੀ ਪਾਵਰਫੁੱਲ ਹੋ ਜਾਂਦੀ ਹੈ, ਉਹ ਕਹਿ ਉੱਠਦੀ ਹੈ ਰਵਿਦਾਸ ਮੈਂ ਕਿਉਂ ਚਿੰਤਾ ਕਰੂੰ, ਚਿੰਤਾ ਮੋਹ ਨਾ ਕੋਈ, ਰਾਮ ਮੇਰੀ ਚਿੰਤਾ ਕਰੇ ਮਮ ਚਿੰਤਾ ਕਿਉਂ ਹੋਈ, ਮੈਂ ਕਿਉਂ ਚਿੰਤਾ ਕਰਾਂ, ਮੈਨੂੰ ਕੋਈ ਵੀ ਚਿੰਤਾ ਨਹੀਂ ਹੈ, ਮੇਰੀ ਚਿੰਤਾ ਮੇਰਾ ਮਾਲਕ ਕਰੇਗਾ ਜਿਹਦਾ ਮੈਂ ਹੋ ਗਿਆ। ਖੌਫ ਡਰ ਸਾਰੇ ਡਰ ਖਤਮ, ਕਹੀ ਰਵਿਦਾਸ ਜੋ ਜੱਪੇ ਨਾਮ ਤਿਸ ਜਾਤ ਨਾ ਜਨਮ ਨਾ ਜੋਨੀ ਕਾਮ। ਜਿਹੜਾ ਵੀ ਉਸ ਸ਼ਬਦ ਦੇ ਨਾਲ ਜੁੜ ਗਿਆ ਔਰ ਉਸ ਊਰਜਾ ਨਾਲ ਭਰਪੂਰ ਹੋ ਗਿਆ ਉਹਨੂੰ ਨਾ ਜੰਮਾਂ ਦਾ ਡਰ, ਨਾ ਨਰਕਾਂ ਦਾ ਡਰ, ਨਾ ਹਵਾ ਗਾਉਣ ਦਾ ਡਰ,
ਉੱਥੇ ਧਰਮਰਾਜ ਨੂੰ ਮੇਰੂ ਪਤਾ ਕੀ ਕਹਿ ਦਿੰਦੀ ਹੈ? ਗੁਰੂ ਜੀ ਨੇ ਕਿਹਾ, ਉਰਵਰ ਪਾਰ ਕੇ ਦਾਨੀਆਂ ਲਿਖ ਲੈ ਆਲ ਪਤਾਲ, ਮੋਹੇ ਜਮ ਦੰਡ ਨਾ ਲਾਗਹੀ ਤਜੀਲੇ ਸਰਬ ਜੰਜਾਲ। ਜਾ ਧਰਮਰਾਜ, ਤੂੰ ਮੇਰੇ ਕਰਮਾਂ ਦਾ ਹਿਸਾਬ ਕਿਤਾਬ ਲਿਖ ਲੈ। ਮੈਂ ਤੈਨੂੰ ਵਾਅਦੇ ਨਾਲ ਕਹਿ ਦਿੰਦਾ, ਤੂੰ ਮੈਨੂੰ ਜੰਮਾਂ ਦਾ ਦੰਡ ਨਹੀਂ ਲਾ ਸਕਦਾ। ਇੱਥੋਂ ਤੱਕ ਸਭ ਤੋਂ ਵੱਡਾ ਡਰ ਮੌਤ ਦਾ ਹੁੰਦਾ। ਜਿਹੜੀ ਸਬਰ ਦੇ ਨਾਲ ਜੁੜ ਗਈ, ਉਹ ਆਤਮਾ ਇਤਨੀ ਪਾਵਰਫੁਲ ਹੋ ਗਈ, ਉਹ ਕਹਿ ਉੱਠਦੀ ਹੈ, ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਨੇ ਆਨੰਦ ਮਰਨੇ ਤੇ ਹੀ ਪਾਈ ਹੈ ਪੂਰਨ ਪਰਮਾਨੰਦ। ਜਿਸ ਮਰਨ ਤੋਂ ਹੀ ਦੁਨੀਆ ਦੇ ਲੋਕ ਤਰ੍ਹਾਂ ਤਰ੍ਹਾਂ ਡਰੇ ਨੇ, ਮੈਨੂੰ ਮਰਨ ਦੀ ਵੀ ਖੁਸ਼ੀ ਹੈ, ਮੈਂ ਮਰ ਕੇ ਵੀ ਪਰਮ ਆਨੰਦ ਨੂੰ ਪਾਵਾਂ। ਇਹ ਇਨਸਾਨ ਦੇ ਆਪਣੇ ਹੱਥ। ਜੇ ਅਸੀਂ ਸਤਿਗੁਰੂ ਜੀ ਦੀ ਬਾਣੀ 'ਤੇ ਚੱਲਦੇ ਹਾਂ, ਉਹਨੂੰ ਆਪਣੇ ਜੀਵਨ 'ਚ ਅਪਣਾ ਲੈਂਦੇ, ਸਾਡਾ ਜੀਵਨ ਸਵਰਗ ਹੈ। ਪਰ ਜੇਕਰ ਨਹੀਂ ਮੰਨਦੇ, ਗੁਰੂ ਜੀ ਨੇ ਕਿਹਾ, ਹਰ ਸੋ ਹੀਰਾ ਸਾਡ ਕੈ ਕਰਹੇ ਆਨ ਕੀ ਆਸ, ਤੀ ਨਰ ਦੋਜਕ ਜਾਏਂਗੇ ਸਤ ਪਾਖੇ ਰਵਿਦਾਸ। ਜੇਕਰ ਅਸੀਂ ਸਤਿਗੁਰ ਦੀ ਗੱਲ ਨੂੰ ਨਹੀਂ ਮੰਨਦੇ, ਅਸੀਂ ਆਪਣੇ ਪਰਿਵਾਰਾਂ 'ਚ ਪਿਆਰ ਨਹੀਂ ਰੱਖਦੇ, ਫਿਰ ਸਾਡਾ ਪਰਿਵਾਰ ਸਵਰਗ ਨਹੀਂ ਬਣ ਸਕਦਾ। ਬੇਨਤੀ ਹੈ, ਇੱਟਾਂ ਪੱਥਰਾਂ ਦੇ ਨਾਲ ਮਕਾਨ ਬਣਦਾ, ਪਿਆਰ ਦੇ ਨਾਲ ਪਰਿਵਾਰ ਬਣਦਾ। ਆਪਣੇ ਹਿਰਦਿਆਂ 'ਚੋਂ ਕਦੇ ਵੀ ਪਿਆਰ ਨੂੰ ਖਤਮ ਨਹੀਂ ਕਰਨਾ। ਜੇਕਰ ਅਸੀਂ ਸਤਿਗੁਰੂ ਜੀ ਦੀ ਬਾਣੀ ਨੂੰ ਮੰਨਦੇ ਹਾਂ, ਆਪਣੇ 'ਚੋਂ ਗੁਰੂ ਜੀ ਨੇ ਕਿਹਾ, ਵਿਕਾਰਾਂ ਨੂੰ ਖਤਮ ਕਰੋ, ਕ੍ਰੋਧ ਨੂੰ ਖਤਮ ਕਰੋ। ਪਰ ਜੇ ਸਾਡੇ 'ਚੋਂ ਕ੍ਰੋਧ ਖਤਮ ਨਹੀਂ ਹੁੰਦਾ, ਅਸੀਂ ਕਿਸੇ ਨੂੰ ਤਾਂ ਜਲਾਉਂਦੇ ਹਾਂ। ਕ੍ਰੋਧ ਵਾਲਾ ਆਦਮੀ ਕਿਸੇ ਨੂੰ ਤਾਂ ਦੁਖੀ ਕਰਦਾ, ਪਰ ਆਪੇ ਪਹਿਲਾਂ ਦੁਖੀ ਹੋ ਜਾਂਦਾ। ਕ੍ਰੋਧ ਵਾਲਾ ਕਦੇ ਸੁਖੀ ਨਹੀਂ ਰਹਿ ਸਕਦਾ। ਉਹ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਇੱਕ ਮਾਚਿਸ ਦੀ ਤੀਲੀ ਹੈ, ਉਹ ਕਿਸੇ ਨੂੰ ਤਾਂ ਜਲਾਉਂਦੀ ਹੈ, ਆਪੇ ਵੀ ਜਲ ਜਾਂਦੀ ਹੈ। ਅਸੀਂ ਸਤਿਗੁਰਾਂ ਦੇ ਸਿਪਾਹੀ ਹਾਂ, ਸੀਤਲ ਜਲ ਦੀ ਤਰ੍ਹਾਂ ਰਹਿਣਾ ਹੈ, ਆਪ ਵੀ ਸੀਤਲ ਅਤੇ ਦੂਸਰਿਆਂ ਨੂੰ ਵੀ ਸੀਤਲ ਰੱਖਣਾ ਹੈ। ਗੁਰੂ ਪਿਆਰੀ ਸਤ ਸੰਗਤ ਜੀ, ਸਮਾਂ ਥੋੜ੍ਹਾ ਕੱਢ ਕੇ ਮਾਲਕ ਨਾਲ ਜ਼ਰੂਰ ਜੁੜਨਾ ਹੈ, ਨਿੰਦਿਆ ਚੁਗਲੀਆਂ ਵੱਲ ਨਹੀਂ ਧਿਆਨ ਦੇਣਾ। ਅਸੀਂ ਰੋਜ਼ਾਨਾ ਉੱਠਦੇ ਸਾਰ ਮੋਬਾਈਲਾਂ ਨੂੰ, ਆਪਣੇ ਲੈਪਟਾਪਾਂ ਨੂੰ ਦੇਖਦੇ ਹਾਂ ਕਿ ਪਾਵਰਫੁੱਲ ਹੈ ਜਾਂ ਨਹੀਂ, ਘੱਟ ਹੈ, ਅਤੇ ਉਹਨੂੰ ਅਸੀਂ ਚਾਰਜ 'ਤੇ ਲਾ ਦਿੰਦੇ। ਇਸੇ ਤਰ੍ਹਾਂ ਆਪਣੇ ਆਪ ਨੂੰ ਚਾਰਜ ਜ਼ਰੂਰ ਕਰਨਾ। ਜਿਆ ਬੀਜੇ ਸੋਲੂ ਨੇ ਕਰਮਾ ਸੰਦੜਾ ਖੇਤ, ਜੋ ਕਰੋਗੇ ਸੋਈ ਮਿਲਣਾ ਤੁਹਾਨੂੰ। ਨਾਨਕ ਪ੍ਰਭ ਸਰਨਾਗਤੀ, ਚਰਨ ਬਹੁਤ ਪ੍ਰਭ ਦੇ, ਸੇ ਪਾਦੋ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੈ। ਇਹ ਗੱਲ ਸਤਿਗੁਰ ਅਰਜਨ ਦੇਵ ਜੀ ਵੀ ਕਹਿ ਗਏ ਹਨ ਕਿ ਜਿਹੜਾ ਗੁਰੂ ਚਰਨਾਂ ਨਾਲ ਪਿਆਰ ਰੱਖਦਾ,
ਜੋ ਗੁਰੂ ਦੀ ਗੱਲ ਨੂੰ ਮੰਨਦਾ ਉਹ ਕਦੇ ਵੀ ਨਰਕਾਂ 'ਚ ਨਹੀਂ ਜਾਏਗਾ। ਸੋਨਾ ਕਬਹੂ ਨਾ ਲਾਗੇ, ਲੋਹਾ ਕਾਈ ਨਾ ਖਾਏ, ਬੁਰਾ ਭਲਾ ਜੋ ਗੁਰ ਭਗਤ ਕਬਹੂ ਨਰਕ ਨਾ ਜਾਏ। ਜੋ ਗੁਰੂ ਦੀ ਗੱਲ ਨੂੰ ਮੰਨ ਲਏਗਾ ਉਹ ਕਦੇ ਵੀ ਨਰਕਾਂ ਨੂੰ ਨਹੀਂ ਜਾਏਗਾ। ਕਹਿਣ ਦਾ ਭਾਵ ਉਹਦਾ ਜੀਵਨ ਕਦੇ ਨਰਕ ਨਹੀਂ ਬਣੇਗਾ। ਅਸੀਂ ਆਪਣੇ ਜੀਵਨ ਨੂੰ ਸਵਰਗ ਬਣਾਉਣਾ ਹੈ। ਇਹੀ ਭਾਦਰੋਂ ਮਹੀਨੇ ਦਾ ਗੁਰੂ ਜੀ ਨੇ ਸਾਨੂੰ ਉਪਦੇਸ਼ ਦਿੱਤਾ ਸਾਰੀਆਂ ਹੀ ਸੰਗਤਾਂ ਨੂੰ। ਦਾਸ ਵੱਲੋਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।